ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਇੱਕ ਵਾਰੀ ਫਿਰ ਅਸੀਂ ਹਾਜ਼ਰ ਹਾਂ। ਜਸਮੀਤ ਭਾਟੀਆ ਜੀ ਲੈਂਡਮਾਰਕ ਇਮੀਗ੍ਰੇਸ਼ਨਸ ਦੇ ਚੀਫ ਨੇ, ਸਾਡੇ ਨਾਲ ਮੌਜੂਦ ਨੇ ਇਸ ਵਕਤ ਕੈਨੇਡਾ 'ਚ ਨੇ। ਔਰ ਕੈਨੇਡਾ ਦੇ ਵਿੱਚ ਅੱਜ ਦਾ ਸਮਾਂ ਜਿਹੜਾ ਐਜੂਕੇਸ਼ਨ ਨੂੰ ਲੈ ਕੇ ਹੈ, ਉਹ ਸੀਰੀਅਸ ਸਟੂਡੈਂਟਸ ਦੇ ਲਈ ਬੜਾ ਮਹੱਤਵਪੂਰਨ ਟਾਈਮ ਹੈ। ਜਸਮੀਤ ਜੀ, ਸਭ ਤੋਂ ਪਹਿਲਾਂ ਤਾਂ ਜਿਹੜੇ ਬਦਲਦੇ ਹਾਲਾਤ ਨੇ ਕੈਨੇਡਾ ਦੇ, ਕਿਸ ਤਰ੍ਹਾਂ ਦੇ ਸਟੂਡੈਂਟਸ ਨੇ ਜਿਹੜੇ ਕੈਨੇਡਾ ਚੂਜ਼ ਕਰਨ ਕਿ ਅਸੀਂ ਕੈਨੇਡਾ ਜਾ ਕੇ ਪੜ੍ਹਨਾ? ਤੁਸੀਂ ਅਗਰ ਕੈਟਾਗਰਾਈਜ਼ ਕਰ ਸਕੋ ਕਿ ਕਿਹੜੇ ਵਿਦਿਆਰਥੀ ਕੈਨੇਡਾ ਆਉਣ, ਕਿਹੜੇ ਵਿਦਿਆਰਥੀ ਕੈਨੇਡਾ ਭੁੱਲ ਜਾਣ? ਸੀ, ਮੈਂ ਇੱਥੇ ਨਾ ਇੱਥੇ ਥੋੜ੍ਹਾ ਜਿਹਾ ਕਰੈਕਸ਼ਨ ਕਰਨਾ ਚਾਹਾਂਗਾ। ਸਿਰਫ ਕੈਨੇਡਾ ਹੀ ਨਹੀਂ, ਤੁਸੀਂ ਕਹੋ ਕਿ USA, ਆਸਟ੍ਰੇਲੀਆ, ਜਰਮਨੀ, UK, ਇਹ ਸਾਰੇ ਬੱਚਿਆਂ ਲਈ ਹੈ। ਇਹ ਸਾਰੇ ਬੱਚਿਆਂ ਲਈ ਹੈ ਜਿਹੜੀ ਆਪਾਂ ਇਨਫੋਰਮੇਸ਼ਨ ਦੇ ਰਹੇ ਹਾਂ। ਦੇਖੋ, ਅੱਜ ਆਸਟ੍ਰੇਲੀਆ ਵੀ ਜੇ ਗੱਲ ਕਰੀਏ ਤਾਂ ਆਸਟ੍ਰੇਲੀਆ ਵੀ ਸਿਰਫ ਇੰਜੀਨੀਅਰ ਹੈਲਥ ਦੇ ਬੱਚਿਆਂ ਨੂੰ, ਸਾਇੰਸ ਦੇ ਬੱਚਿਆਂ ਨੂੰ ਵੀਜ਼ਾ ਦੇ ਰਿਹਾ ਜੇ ਦੇਖਿਆ ਜਾਏ। ਔਰ ਜਿਹੜੇ ਬੱਚਿਆਂ ਨੂੰ ਵੀਜ਼ਾ ਦੇ ਰਿਹਾ ਆਸਟ੍ਰੇਲੀਆ, ਉਹ ਤੁਸੀਂ ਕਹਿ ਲਓ ਕਿ ਸਾਰੀ ਕਰੀਮ ਪ੍ਰੋਫਾਈਲ, ਮਤਲਬ ਜਿਹੜੇ ਕਿ ਬਹੁਤ ਹੀ ਚੰਗੇ ਘਰਾਂ ਦੇ ਬੱਚੇ ਆ, ਜਿਨ੍ਹਾਂ ਦੀ 25-25, 30-30 ਲੱਖ ਰੁਪਈਆ ਮਿਨੀਮਮ ਆਮਦਨੀ ਹੈ ਸਾਲ ਦੀ, ਘੱਟੋ ਘੱਟ ਇੰਨੀ ਚਾਹੀਦੀ ਹੈ, ਔਰ ਬੈਂਕਾਂ 'ਚ 6-6 ਮਹੀਨੇ ਪੁਰਾਣੇ ਪੈਸੇ ਆ, ਉਹਨਾਂ ਨੂੰ ਆਸਟ੍ਰੇਲੀਆ ਵੀਜ਼ਾ ਦੇ ਰਿਹਾ। ਫਿਰ ਅਸੀਂ USA ਦੀ ਗੱਲ ਕਰੀਏ ਤਾਂ USA ਕੋਲ ਪਹਿਲਾਂ ਹੀ ਸਟੈਮ ਪ੍ਰੋਗਰਾਮ ਹੈਗਾ ਸੀ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ। ਅੱਜ ਆਸਟ੍ਰੇਲੀਆ ਨੂੰ ਆਪਣੇ ਰੂਲਸ ਚੇਂਜ ਕੀਤੇ ਆ, ਮੈਨੂੰ ਲੱਗਦਾ 10 ਸਾਲ ਤੋਂ ਉੱਤੇ ਹੋ ਗਏ, ਕਿ ਆਸਟ੍ਰੇਲੀਆ ਨੇ ਡਿਪਲੋਮਾ 'ਚ ਵੀਜ਼ਾ ਦੇਣਾ ਬੰਦ ਕਰਤਾ ਸੀ 12 ਸਾਲ ਪਹਿਲਾਂ ਹੀ, 12 ਸਾਲ। ਔਰ ਉਹਨਾਂ 12 ਸਾਲਾਂ 'ਚ ਕੈਨੇਡਾ ਨੇ ਖੁੱਲ੍ਹੇ ਦਿਲ ਨਾਲ ਬੱਚਿਆਂ ਨੂੰ ਐਕਸੈਪਟ ਕੀਤਾ, ਹਰ ਸਟ੍ਰੀਮ 'ਚ ਐਕਸੈਪਟ ਕੀਤਾ। ਹਰ ਸਟ੍ਰੀਮ 'ਚ ਬੱਚਾ ਆਇਆ, ਉਹਦੀ PR ਵੀ ਦਿੱਤੀ, ਉਹਨੂੰ ਸੈਟਲ ਵੀ ਹੋਏ, ਬੱਚਿਆਂ ਨੇ ਇੱਥੇ ਵੱਡੀਆਂ ਵੱਡੀਆਂ ਕੋਠੀਆਂ ਵੀ ਪਾਈਆਂ, ਗੱਡੀਆਂ ਵੀ ਲਈਆਂ, ਵਿਆਹ ਵੀ ਕੀਤੇ, ਆਪਣੇ ਪੇਰੈਂਟਸ ਦੇ ਵੀ ਘਰ ਬਣਾਏ ਪਿੰਡਾਂ 'ਚ, ਆਪਣੇ ਪੇਰੈਂਟਸ ਨੂੰ ਵੀ ਕੈਨੇਡਾ ਬੁਲਾਇਆ, ਜਿਹੜਾ ਕਿ ਹਰ ਕਿਸੇ ਦਾ ਸੁਪਨਾ ਸੀ ਇੱਕ ਬਾਹਰ ਆ ਕੇ ਕਰਨ ਦਾ। ਔਰ ਹੁਣ ਆਪਾਂ ਉਸੇ ਦੇਸ਼ ਨੂੰ ਨਿੰਦਿਆ ਕਰਦੇ ਹਾਂ ਜਿੰਨੇ, ਮੈਨੂੰ ਲੱਗਦਾ ਨਹੀਂ ਤਾਂ 15-20 ਲੱਖ ਨਾਗਰਿਕ ਆਪਣੇ ਇੱਥੇ ਇੰਡੀਆ ਦੇ ਇੱਥੇ ਲਿਆ ਕੇ ਸੈਟਲ ਕੀਤੇ, ਔਰ ਬਹੁਤ ਸਪੋਰਟ ਕੀਤਾ ਆਪਣੇ ਇੰਡੀਅਨਸ ਨੂੰ। ਫਿਰ ਅਸੀਂ ਗੱਲ ਕਰਦੇ ਹਾਂ ਕਿ ਅੱਜ ਕੈਨੇਡਾ ਹੁਣ ਰੂਲਸ ਚੇਂਜ ਕਰ ਰਿਹਾ 12 ਸਾਲ ਬਾਅਦ, ਜਦੋਂ ਆਸਟ੍ਰੇਲੀਆ ਨੇ 12 ਸਾਲ ਪਹਿਲਾਂ ਕੀਤੇ ਸੀ, UK ਨੇ 10 ਸਾਲ ਪਹਿਲਾਂ ਕੀਤੇ ਸੀ, ਨਿਊਜ਼ੀਲੈਂਡ ਨੇ ਤਾਂ ਵੀਜ਼ਾ ਕੇ ਪਤਾ ਨਹੀਂ ਖੋਲ੍ਹੇ ਆ, ਬੰਦ ਕੀਤੇ, ਸਮਝ ਹੀ ਨਹੀਂ ਆਉਂਦਾ। ਔਰ USA ਨੇ ਸਟੈਮ 'ਚ ਹੀ, ਸਟੈਮ ਕੋਰਸਿਸ ਜੇ ਅਸੀਂ ਕਰਦੇ ਹਾਂ ਸ਼ੁਰੂ ਤੋਂ ਹੀ, 15 ਸਾਲ ਤੋਂ USA ਦਾ ਰੂਲ ਹੈ, ਕਿਉਂਕਿ ਉਹਨਾਂ ਨੂੰ ਇਹਨਾਂ ਕੰਟਰੀਆਂ ਨੂੰ ਆ ਗਈ ਸੀ ਪਹਿਲਾਂ ਸਮਝ, ਕੈਨੇਡਾ ਨੂੰ ਆਈ ਹੈ ਲੇਟ ਸਮਝ, ਕੈਨੇਡਾ ਨੂੰ ਹੁਣ ਸਮਝ ਆਈ ਹੈ, ਸਮਝੀ ਅਸੀਂ ਗੱਲ ਤਾਂ। ਸੋ ਸਟੈਮ, ਸਟੈਮ ਇੱਕ ਵਰਡ ਹੈਗਾ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ। ਸੋ ਸਟੈਮ ਕੋਰਸਿਸ ਹੀ ਕੈਨੇਡਾ ਵੀ ਦੇਖ ਰਿਹਾ ਕਿ ਜਿਹੜੇ ਬੱਚੇ ਸਟ੍ਰੀਮਸ, ਉਹਨਾਂ ਸਟ੍ਰੀਮਸ 'ਚ ਆਉਣਗੇ, ਜਿਹੜੇ ਸਟ੍ਰੀਮਸ 'ਚ ਇਸ ਕੰਟਰੀ ਨੂੰ ਔਰ ਲੋੜ ਵੀ ਹੈਗੀ ਹੈ, ਬੱਚਿਆਂ ਦੀ ਜੋਬ ਓਪਰਚੁਨਿਟੀਜ਼ ਵੀ ਹੈਗੀਆਂ, ਔਰ ਬੱਚੇ ਆ ਕੇ ਸੈਟਲ ਵੀ ਹੋ ਸਕਦੇ ਆ। ਕੈਨੇਡਾ ਹੀ ਨਹੀਂ, ਆਸਟ੍ਰੇਲੀਆ, USA, UK, ਜਰਮਨੀ, ਕੈਨੇਡਾ, ਸਾਰੇ ਦੇਸ਼ ਇਹੀ ਦੇਖ ਰਹੇ ਆ ਕਿ ਉਹ ਬੱਚੇ ਆਣ ਜਿਹੜੇ ਇੱਕ ਤਾਂ ਸੀਰੀਅਸ ਹੋਣ, ਜਿਹੜੇ ਬੱਚੇ ਉਹਨਾਂ ਸਟ੍ਰੀਮ 'ਚ ਜਾ ਕੇ ਪੜ੍ਹਨ ਤੇ ਉਹਨਾਂ ਸਟ੍ਰੀਮ 'ਚ ਪੜ੍ਹ ਕੇ ਉਹਨਾਂ ਨੂੰ ਨੌਕਰੀਆਂ ਮਿਲਣ, ਔਰ ਨੌਕਰੀਆਂ ਮਿਲ ਕੇ ਉਹ ਇੱਥੇ ਚੰਗੇ ਨਾਗਰਿਕ ਬਣ ਕੇ ਰਹਿਣ। ਸੋ ਕੋਈ ਵੀ ਕੰਟਰੀ ਨਹੀਂ ਚਾਹੁੰਦਾ ਕਿ ਇੱਦਾਂ ਦੇ ਬੱਚੇ ਆਣ ਜਿਹੜੇ ਇੱਥੇ ਪੜ੍ਹਾਈ ਨਾ ਕਰਨ, ਜਿਹੜੇ ਇੱਥੇ ਕੋਈ ਇੱਦਾਂ ਦੇ ਕੋਰਸ ਕਰ ਲੈਣ, ਬਾਅਦ 'ਚ ਉਹਨਾਂ ਨੂੰ ਧੱਕੇ ਖਾਣੇ ਪੈਣ, ਬਾਅਦ 'ਚ ਉਹਨਾਂ ਨੂੰ PR ਨਾ ਮਿਲੇ। ਔਰ ਕੋਈ ਕੰਟਰੀ ਨਹੀਂ ਚਾਹੁੰਦਾ ਕਿਸੇ ਬੱਚੇ ਨੂੰ ਡਿਪੋਰਟ ਕਰਨਾ। ਸੁਰਿੰਦਰ ਜੀ, ਸਮਝਣ ਦੀ ਗੱਲ ਹੈ ਕਿ ਕੋਈ ਕੰਟਰੀ ਨਹੀਂ ਚਾਹੇਗਾ ਕਿ ਆਪਾਂ ਕਿਸੇ ਬੱਚੇ ਨੂੰ ਡਿਪੋਰਟ ਕਰੀਏ। ਜੇ ਉਹ ਬੱਚਾ ਚੰਗੀ ਨੌਕਰੀ ਕਰ ਰਿਹਾ ਹੈ, ਚੰਗੇ ਟੈਕਸ ਪੇ ਕਰ ਰਿਹਾ, ਰੂਲਸ ਐਂਡ ਰੈਗੂਲੇਸ਼ਨ ਫੋਲੋ ਕਰ ਰਿਹਾ, ਤਾਂ ਕੋਈ ਵੀ ਕੰਟਰੀ ਉਹਨੂੰ ਡਿਪੋਰਟ ਨਹੀਂ ਕਰੇਗਾ, ਚਾਹੇ ਉਹ ਆਸਟ੍ਰੇਲੀਆ, ਚਾਹੇ ਉਹ UK, ਚਾਹੇ ਉਹ USA।
ਬਟ ਉਹਨਾਂ ਦੀ ਰਿਕੁਆਇਰਮੈਂਟ ਕੀ ਹੈ, ਇੱਕ ਅੱਛਾ ਸਟੂਡੈਂਟ ਹੈ। ਸੋ ਅੱਜ ਜੇ ਤੁਸੀਂ ਆਸਟ੍ਰੇਲੀਆ ਜਾਣਾ, ਤੁਹਾਨੂੰ ਬਹੁਤ ਭਾਰੀ ਭਰਕਮ ਫਾਈਨੈਂਸ਼ੀਅਲ ਰਿਕੁਆਇਰਮੈਂਟਸ ਪੂਰੀ ਕਰਨੀਆਂ ਪੈਂਦੀਆਂ। ਨਿਊਜ਼ੀਲੈਂਡ ਜਾਣਾ ਬੜਾ ਜ਼ਿਆਦਾ ਫੰਡ ਸ਼ੋ ਕਰਨਾ ਪੈਂਦਾ, ਯੂਐਸ 'ਤੇ ਜਾਣਾ ਓਲਡ ਫੰਡ ਚਾਹੀਦੇ ਆ, ਇੰਟਰਵਿਊ ਕਲੀਅਰ ਕਰਨੀ ਪੈਂਦੀ ਆ। ਬਟ ਕੈਨੇਡਾ ਹਾਲੇ ਵੀ ਵੀਜ਼ਾ ਸਕਸੈਸ ਰੇਟ ਬੜਾ ਹਾਈ ਹੈ, ਹਾਲੇ ਵੀ ਕੈਨੇਡਾ ਡਿਪਲੋਮਾ ਦੇ ਵੀਜ਼ਾ ਦੇ ਰਿਹਾ, ਹਾਲੇ ਵੀ ਕੈਨੇਡਾ ਬੈਚਲਰ ਡਿਗਰੀ 'ਚ ਸ਼ਿਫਟ ਨਹੀਂ ਹੋਇਆ, ਬਲਕਿ ਆਸਟ੍ਰੇਲੀਆ 12 ਸਾਲ ਪਹਿਲਾਂ ਬੈਚਲਰ ਡਿਗਰੀ 'ਤੇ ਸ਼ਿਫਟ ਹੋ ਗਿਆ ਸੀ। ਸੋ ਸੁਰਿੰਦਰ ਜੀ, ਮਤਲਬ ਮੈਂ ਕਹਿੰਦਾ ਸਾਰੇ ਕੰਟਰੀ ਵਧੀਆ, ਬਸ ਆਪਣੇ ਬੱਚੇ ਇੱਕ ਪੋਜ਼ਿਟਿਵ ਐਟੀਚਿਊਡ ਔਰ ਇੱਕ ਚੰਗੇ ਕੋਰਸਿਸ 'ਚ ਜੇ ਜਾਣਗੇ ਤਾਂ ਉਹ ਕਿਸੇ ਵੀ ਕੰਟਰੀ 'ਚ ਸੈਟਲ ਹੋ ਜਾਣਗੇ। ਸੋ ਜੋ ਕੈਨੇਡਾ 'ਚ ਵੀ ਜੋ ਚੇਂਜਿਸ ਆ ਰਹੇ ਹੈ ਉਹ ਇਹੀ ਚੇਂਜਿਸ ਆ ਰਹੇ ਹੈ ਕਿ ਤੁਸੀਂ ਇੱਕ ਚੰਗਾ ਕੋਰਸ ਕਰੋ, ਲੇਬਰ ਮਾਰਕੀਟ 'ਚ ਜਿਹਦੀ ਡਿਮਾਂਡ ਹੋਵੇ, ਟੈਕਨੀਕਲ ਕੋਰਸ ਹੋਵੇ, ਔਰ ਲੇਬਰ ਮਾਰਕੀਟ 'ਚ ਜਿਹਦੀ ਡਿਮਾਂਡ ਹੋਏਗੀ ਤੁਹਾਨੂੰ ਜੋਬ ਮਿਲੇਗੀ, ਤੁਹਾਨੂੰ ਜੋਬ ਮਿਲੇਗੀ, ਕੱਲ੍ਹ ਨੂੰ ਤੁਸੀਂ ਰੌਲਾ ਨਹੀਂ ਪਾਓਗੇ ਮੇਰੀ PR ਨਹੀਂ ਹੋਈ, ਤੁਹਾਡੀ PR ਵੀ ਹੋ ਜਾਏਗੀ। ਸੋ ਦੈਟ ਇਜ਼ ਦ ਹੋਲ ਸਟੋਰੀ। ਸਾਨੂੰ ਇੱਕ ਸਿੰਪਲ ਜਿਹਾ ਸਮਝਣ ਵਾਲਾ ਕੁਐਸਚਨ ਇੱਕ ਕਲੀਅਰ ਕਰ ਦੇਣਾ ਚਾਹੁੰਦਾ ਮੈਂ ਬੱਚਿਆਂ ਨੂੰ, ਚਾਹੇ ਉਹ ਕਿਸੇ ਵੀ ਪਾਰਟ ਤੋਂ ਇੰਡੀਆ ਤੋਂ ਆਉਣਾ ਚਾਹੁੰਦੇ ਨੇ, ਕਿ ਵੀ ਦੇ ਆਰ ਲੁਕਿੰਗ ਫੋਰ ਲਿਜੀਟੀਮੇਟ ਸਟੂਡੈਂਟ। ਐਂਡ ਸਾਰੇ ਕੰਟਰੀ ਹੀ ਇਹੀ ਚੀਜ਼ ਦੇਖਦੇ ਆ ਨਾ, ਲਿਜੀਟੀਮੇਟ ਸਟੂਡੈਂਟ, ਜੈਨੂਇਨ ਸਟੂਡੈਂਟ। ਜੇ ਤੁਸੀਂ ਜੈਨੂਇਨ ਹੋ ਤੁਹਾਨੂੰ ਕੈਨੇਡਾ ਆਉਣ 'ਚ ਕੋਈ ਪ੍ਰੋਬਲਮ ਨਹੀਂ ਹੈ, ਔਰ ਕੈਨੇਡਾ ਤੁਹਾਨੂੰ ਖੁੱਲ੍ਹੇ ਸੱਦੇ ਨਾਲ ਵੀਜ਼ਾ ਦੇਵੇਗਾ। ਔਰ ਹੋਰਾਂ ਮੁਲਕਾਂ 'ਚ ਜੇ ਤੁਸੀਂ ਜੈਨੂਇਨ ਹੋ ਤਾਂ ਵੀਜ਼ਾ ਵੀ ਨਹੀਂ ਮਿਲਦਾ। ਆਸਟ੍ਰੇਲੀਆ 'ਚ ਮੇਰੇ ਕੋਲ 50 ਕੇਸ ਆ ਚੁੱਕੇ ਹਨ ਜਿਹੜੇ ਜੈਨੂਇਨ ਸਟੂਡੈਂਟ ਸੀ, ਚੰਗੇ ਬੱਚੇ ਸੀ, ਚੰਗਾ ਕੋਰਸ ਕਰਨ ਚੱਲੇ ਸੀ, ਔਰ ਆਸਟ੍ਰੇਲੀਆ ਨੇ ਉਹਨਾਂ ਨੂੰ ਚੱਕ ਕੇ ਰਿਫਿਊਜ਼ ਕਰਤਾ। ਦੈਟ ਇਜ਼ ਰੋਂਗ। ਪਰ ਕੈਨੇਡਾ 'ਚ ਇੱਦਾਂ ਦਾ ਨਹੀਂ ਹੈਗਾ, ਕੈਨੇਡਾ 'ਚ ਸਿਸਟਮ ਨਹੀਂ ਹੈਗਾ। ਤੁਸੀਂ ਜੈਨੂਇਨ ਸਟੂਡੈਂਟ ਹੋ, ਤੁਸੀਂ GIC ਭਰਾਓ, ਆਪਣੀ ਫੀਸ ਭਰੋ, ਵੀਜ਼ਾ ਲਓ, ਖੁੱਲ੍ਹੇ ਦਿਲ ਨਾਲ ਵੀਜ਼ਾ ਬਣ ਰਿਹਾ ਕੈਨੇਡਾ। ਔਰ ਕੱਲ੍ਹ ਨੂੰ ਤੁਸੀਂ ਵਧੀਆ ਪੜ੍ਹਾਈ ਕਰੋ, PR 'ਚ ਵੀ ਸਭ ਤੋਂ ਸੌਖਾ ਅੱਜ ਦੀ ਡੇਟ 'ਚ ਵੀ ਕੈਨੇਡਾ। ਸੋ ਅਸੀਂ ਵੀ ਸਾਰੇ ਕੰਟਰੀ ਕਰਦੇ ਹਾਂ, ਜੇ ਤੁਸੀਂ ਲਿਜੀਟੀਮੇਟ ਸਟੂਡੈਂਟ ਹੈਗੇ ਕਿਸੇ ਵੀ ਕੰਟਰੀ ਆ ਸਕਦੇ ਹੋ। ਲੈਂਡਮਾਰਕ ਇਮੀਗ੍ਰੇਸ਼ਨ ਤੁਹਾਨੂੰ ਗਾਈਡ ਕਰੇਗਾ ਕਿਹੜਾ ਕੋਰਸ ਕਿਹੜਾ ਕਾਲਜ ਲੈਣਾ ਚਾਹੀਦਾ ਤੁਹਾਨੂੰ, ਤਾਂ ਕਿ ਤੁਹਾਡੀ ਇੱਥੇ PR ਈਜ਼ੀਲੀ ਹੋ ਸਕੇ। ਬਿਲਕੁਲ ਠੀਕ ਹੈ ਜੀ। ਸੋ ਬਹੁਤ ਹੀ ਇੰਪੋਰਟੈਂਟ ਟਿਪਸ ਜਸਮੀਤ ਜੀ ਨੇ ਸਾਡੇ ਨਾਲ ਸ਼ੇਅਰ ਕੀਤੇ ਨੇ। ਸੋ ਜੈਨੂਇਨ ਸਟੂਡੈਂਟਸ ਦੇ ਲਈ ਕੈਨੇਡਾ ਅੱਜ ਵੀ ਨੰਬਰ 1 ਡੈਸਟੀਨੇਸ਼ਨ ਬਣਿਆ ਹੋਇਆ। ਸੋ ਖੁੱਲ੍ਹੇ ਵੀਜ਼ੇ ਲੱਗ ਰਹੇ ਨੇ, ਜਿਵੇਂ ਸਾਡੇ ਨਾਲ ਜਸਮੀਤ ਜੀ ਨੇ ਸਾਰੀ ਗੱਲ ਸਾਫ਼ ਕੀਤੀ ਹੈ। ਸੋ ਮੈਂ ਵਿਦਿਆਰਥੀਆਂ ਨੂੰ ਕਹੂੰਗਾ ਕਿ ਜ਼ਰੂਰ ਇੱਕ ਵਾਰ ਤੁਸੀਂ ਪਰਸਨਲੀ ਜਸਮੀਤ ਜੀ ਦੇ ਨਾਲ ਕਮਿਊਨੀਕੇਟ ਕਰ ਸਕਦੇ ਹੋ। ਸਕਰੀਨ 'ਤੇ ਨੰਬਰ ਹੈ ਜਿਹੜਾ, ਵਟਸਐਪ ਨੰਬਰ ਹੈ, ਇਹਦੇ 'ਤੇ ਅਗਰ ਤੁਸੀਂ ਆਪਣਾ ਪ੍ਰੋਫਾਈਲ ਜਾਂ ਕੁਐਸਚਨ ਸ਼ੇਅਰ ਕਰੋਗੇ ਤਾਂ ਉਹ ਡਾਇਰੈਕਟ ਜਸਮੀਤ ਜੀ ਉਹਨੂੰ ਐਕਸੈਸ ਕਰਦੇ ਆ। ਸੋ ਅਗਰ ਉਹ ਕੈਨੇਡਾ ਵੀ ਨੇ ਤਾਂ ਵਟਸਐਪ ਕਾਲ ਉਹਨਾਂ ਨੇ ਕਨਵੀਨੀਅੰਟ ਟਾਈਮ ਦੇ ਉੱਪਰ ਤੁਹਾਨੂੰ ਵਟਸਐਪ ਕਾਲ ਕਰ ਲੈਣੀ ਹੈ, ਜਾਂ ਤੁਸੀਂ ਵੀ ਉਹਨਾਂ ਦੇ ਦਿੱਤੇ ਹੋਏ ਟਾਈਮ 'ਤੇ ਉਹਨਾਂ ਨਾਲ ਵਟਸਐਪ ਦੇ ਉੱਤੇ ਕਨੈਕਟ ਹੋ ਸਕਦੇ ਹੋ। ਸੋ ਕੈਨੇਡਾ ਦੇ ਵਿੱਚ ਮੈਨੂੰ ਲੱਗਦਾ ਕੈਨੇਡਾ ਦੇ ਲਈ ਸਟੂਡੈਂਟਸ ਨੂੰ ਲਗਭਗ 20 ਸਾਲ ਹੋ ਗਏ ਜਦੋਂ ਦੇ ਗਾਈਡ ਕਰ ਰਹੇ ਨੇ ਜਸਮੀਤ ਜੀ। ਔਰ ਜਸਮੀਤ ਜੀ, ਤੁਸੀਂ ਕਿੰਨੇ ਕਾਲਜਸ ਨਾਲ ਡਾਇਰੈਕਟ ਐਸੋਸੀਏਟ ਹੋ? ਮੇਰਾ ਖਿਆਲ 100 ਦੇ ਕਰੀਬ ਕਾਲਜਾਂ ਦੀ ਗਿਣਤੀ ਹੋ ਗਈ, ਕਾਲਜ ਔਰ ਯੂਨੀਵਰਸਿਟੀ, ਔਰ ਸ਼ਾਇਦ ਪੰਜਾਬ 'ਚ ਹੋਰ ਕੋਈ ਕੰਪਨੀ ਅਜਿਹੀ ਨਹੀਂ ਹੋਣੀ ਜਿਵੇਂ ਤੁਸੀਂ ਔਰਗਨਾਈਜ਼ ਤਰੀਕੇ ਨਾਲ ਕੰਮ ਕਰ ਰਹੇ ਹੋ। ਦੇਖੋ, ਮੈਂ ਸਾਰੇ ਹੀ ਕੰਟਰੀਜ਼ 'ਚ ਡਾਇਰੈਕਟਲੀ ਰਿਪ੍ਰੈਜ਼ੈਂਟ ਕਰਦਾ ਕਾਲਜਿਸ, ਔਰ ਕੈਨੇਡਾ ਸਾਡਾ ਕੋਰ ਹੈ, ਬਿਕੋਜ਼ ਕੈਨੇਡਾ 'ਚ ਜੋ ਫੀਡਬੈਕ ਮਿਲਦਾ ਬੱਚਿਆਂ ਦਾ ਉਹ ਸਭ ਤੋਂ ਜ਼ਿਆਦਾ ਪੋਜ਼ਿਟਿਵ ਹੈ। ਅੱਜ ਦੀ ਡੇਟ 'ਚ ਜਰਮਨੀ 'ਚ ਕਾਫੀ ਪੋਜ਼ਿਟਿਵ ਫੀਡਬੈਕ ਮਿਲ ਰਿਹਾ, ਪਰ ਮੈਂ ਸਟੂਡੈਂਟਸ ਨੂੰ ਕਹਾਂਗਾ ਕਿ ਜਰਮਨੀ ਓਨੇ ਬੱਚੇ ਲੈਣ ਦੀ ਸ਼ਮਤਾ ਨਹੀਂ ਰੱਖਦਾ ਜਿੰਨੇ ਕੈਨੇਡਾ ਆ ਸਕਦੇ ਆ। ਜਰਮਨੀ ਛੋਟਾ ਦੇਸ਼ ਹੈ, ਸੋ ਜਰਮਨੀ ਪੋਜ਼ਿਟਿਵ ਰਿਜ਼ਲਟਸ ਦੇ ਰਿਹਾ, ਬਟ ਜਰਮਨੀ 'ਚ ਉਹ ਓਨੇ ਨੰਬਰ 'ਚ ਬੱਚੇ ਨਹੀਂ ਜਾ ਸਕਦੇ। ਔਰ ਜਿਹੜੇ ਬੱਚਿਆਂ ਨੇ ਮਨ ਬਣਾ ਲਿਆ ਕਿ ਅਸੀਂ ਬਾਹਰ ਨਹੀਂ ਜਾਣਾ, ਕਿਉਂਕਿ ਇੱਦਾਂ ਦੇ ਬੱਚੇ ਵੀ ਹੈਗੇ ਜਿਨ੍ਹਾਂ ਨੇ ਮਨ ਬਣਾ ਲਿਆ ਕਿ ਮੈਂ ਬਾਹਰ ਨਹੀਂ ਜਾਣਾ, ਤੋ ਮੈਂ ਉਹਨਾਂ ਨੂੰ ਵੀ ਕਹਾਂਗਾ ਕਿ ਠੀਕ ਹੈ, ਤੁਸੀਂ ਉੱਥੇ ਪੜ੍ਹੋ, ਫਿਰ ਤੁਸੀਂ ਮਾਸਟਰਸ ਕਰਨ ਬਾਹਰ ਆ ਸਕਦੇ ਹੋ, ਕਿਉਂਕਿ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਵੀ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ। ਬਟ ਇੱਕ ਰੂਟ ਹੁੰਦਾ ਨਾ, ਜਦੋਂ ਆਪਾਂ ਉਹਨਾਂ ਦਾ ਰੂਟ
ਜਿਹੜੇ ਬੱਚੇ ਇੱਥੇ ਪੜ੍ਹ ਰਹੇ ਹੋਣਗੇ ਉਹਨਾਂ ਨਾਲ ਕੰਪੇਅਰ ਕਰਾਂਗੇ ਤਾਂ ਜਿਹੜੇ ਬੱਚੇ ਉੱਥੇ ਰਹਿ ਜਾਣਗੇ ਉਹਨਾਂ ਨੂੰ ਲੱਗੇਗਾ ਕਿ ਅਸੀਂ ਕਿਤੇ ਨਾ ਕਿਤੇ ਕੁਛ ਮਿਸ ਕਰ ਗਏ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਸੋ ਲਾਈਫ 'ਚ ਇੱਕ ਪੀਰੀਅਡ ਹੈ ਜਦੋਂ ਤੁਸੀਂ ਆਪਣੀ ਐਜੂਕੇਸ਼ਨ ਨੂੰ ਵੱਡਾ ਕਰ ਸਕਦੇ ਹੋ, ਵਿਸਥਾਰ ਕਰ ਸਕਦੇ ਹੋ। ਸੋ ਉਸ ਟਾਈਮ ਨੂੰ ਤੁਸੀਂ ਬਹੁਤ ਸੋਚ ਸਮਝ ਕੇ ਯੂਟੀਲਾਈਜ਼ ਕਰੋ। ਸੋ ਜਸਮੀਤ ਜੀ, ਥੈਂਕ ਯੂ ਸੋ ਮੱਚ। ਮੈਂ ਸਟੂਡੈਂਟਸ ਨੂੰ ਕਹੂੰਗਾ ਕਿ ਉਹ ਜਸਮੀਤ ਜੀ ਨਾਲ ਕਨੈਕਟ ਹੋਣ, 9041390412, ਔਰ ਵਟਸਐਪ ਨੰਬਰ ਵੀ ਸਕਰੀਨ 'ਤੇ ਆ ਰਿਹਾ। ਥੈਂਕ ਯੂ ਸੋ ਮੱਚ ਸਰ। ਥੈਂਕ ਯੂ ਸੋ ਮੱਚ।